स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड संधू कलां बरनाले जिले का यह पिंड है तो पदौड़ के नेड़ रह जांदा है। संधू कलां दोस्तों पिंड जिहड़े घर चो वीडियो बना रहे हैं दोस्तों एक खुद का बाई जी होरां दा फार्म भी है तो नाल इन्हां ने व्यापार का काम भी शुरू किया। जर्सी गां भी इन्हां कोल जदों भी आऊगी चंगी आउंदी है तो एच एफ थोनू अज चार दिखाउणगा दोस्तों चारे नगीने ही हैं बहुत सोहनिया गावं ताजिया सूईया भी सो इन बारे डिटेल आप पुछांगे वीडियो एंड तक देखियो जिन्हों जिहड़ा ही गां इन्हां चो चंगी लगेगी दोस्तों एक चंगी लगे एक तो जे तुसी दो खरीदनिया जां जिन्नियां थोनू पसंद आउण बेशक कट्ठियां खरीद लियो नंबर बाई दा स्क्रीन उत्ते चलूगा। सो आओ इन बारे आप जानकारी वीर तो लईए नाल थोनू इह पशु तोर के दिखा देंगे आपकी तसली करके तुसी खरीद लोगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਇੱਕ ਵਾਰ ਦੱਸੀ ਬਾਈ। ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਠੀਕ ਹੈ। ਪਿੰਡ ਸੰਧੂ ਕਲਾਂ। ਠੀਕ ਹੈ ਗੁਰਪ੍ਰੀਤ ਬਾਈ। ਵੈਸੇ ਤਾਂ ਫਾਰਮ ਆਪਣਾ ਸਾਰੇ ਜਾਣਦੇ ਆ ਵੀਡੀਓ ਵੀ ਚੈਨਲ ਤੇ ਪਈ ਹੈ ਝੋਟੀ ਦੀ ਜਰਸੀ ਆਪਣੇ ਕੋਲ ਤਿਆਰ ਹੋਈ ਆ। ਹਾਂਜੀ ਹੁਣ ਨਾਲ ਵਪਾਰ ਦਾ ਕੰਮ ਵੀ ਆਪਾਂ ਕਰ ਰਹੇ ਹਾਂ। ਹਾਂਜੀ ਉਹ ਤਾਂ ਪਹਿਲਾਂ ਤੋਂ ਵੀ ਕਰ ਰਹੇ ਹਾਂ। ਠੀਕ ਹੈ ਵਪਾਰ ਦਾ ਕੰਮ ਪਰ ਆਪਾਂ ਇਦਾਂ ਨਹੀਂ ਵੀ ਲਿਆ ਕੇ ਖੜਾਉਣੇ ਆ ਜਦੋਂ ਕੋਈ ਚੰਗਾ ਜਾਨਵਰ ਕਿਸੇ ਚੰਗੇ ਬਰੀਡਰ ਦੇ ਘਰੋਂ ਨਿਕਲਦਾ ਤਾਂ ਉਦੋਂ ਪਰਚੇਜ ਕਰਦੇ ਆ। ਠੀਕ ਹੈ ਵੈਸੇ ਆਪਾਂ ਬਾਹਰੋਂ ਵੀ ਘਰੇਲੂ ਜਾਂ ਮੰਡੀ ਤੋਂ ਕਿਤੇ ਜਾਨਵਰ ਲਿਆ ਕੇ। ਠੀਕ ਹੈ ਮਤਲਬ ਮੈਂ ਮੇਨ ਨਹੀਂ ਹੈ ਸ਼ੌਕੀਆ ਤੌਰ ਤੇ ਹੀ ਹੈ। ਸ਼ੌਕੀਆ ਤੌਰ ਤੇ ਹੈਗਾ। ਠੀਕ ਹੈ ਜਦੋਂ ਮਿਲਦਾ ਉਦੋਂ ਜਾਨਵਰ ਰਿਕਾਰਡ ਵਾਲਾ ਜਿਹੜਾ ਕਿਸੇ ਫਾਰਮ ਤੋਂ ਆਊਗਾ। ਠੀਕ ਹੈ ਆਊਗਾ ਤੇ ਉਦੋਂ ਸੇਲ ਕਰਦੇ। ਅੱਛਾ ਬਰੀਡ ਇਹਦੇ ਚ ਆਪਾਂ ਮਤਲਬ ਪਸ਼ੂ ਐਚ ਐਫ ਜਾਂ ਜਰਸੀ ਕੋਈ ਵੀ ਬਰੀਡ ਹੋਵੇ ਦੋਨੇ ਤਰ੍ਹਾਂ ਦੇ ਆਉਣਗੇ। ਹਾਂ ਬਾਈ ਜੀ ਤਾਂ ਜ਼ਿਆਦਾ ਫੋਕਸ ਆਪਣਾ ਜਰਸੀ ਤੇ ਹੀ ਰਹਿੰਦਾ ਹੈਗਾ। ਠੀਕ ਹੈ ਤੇ ਕਿਉਂਕਿ ਆਪਣਾ ਫੇਵਰੇਟ ਹੈ ਐਨੀ ਵਾਲਾ ਹੈਗਾ। ਬਿਲਕੁਲ ਤੇ ਪਰ ਐਚ ਐਫ ਵੀ ਨਾਲ ਹੀ ਲਈਦੀ ਹੈਗੀ। ਠੀਕ ਹੈ। ਅੱਛਾ ਅੱਜ ਆਪਾਂ ਚਾਰ ਗਾਵਾਂ ਦਿਖਾਉਣੀਆਂ ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਗਾਂ ਖੜੀ ਹੈ। ਹਾਂਜੀ ਇਹਦੀ ਕੀ ਡਿਟੇਲ ਹੈ? ਇਹਦੀ ਬਾਈ ਫਸਟ ਲੈਕਟੇਸ਼ਨ ਹੈ ਜੀ ਤੇ ਇਹ। ਠੀਕ ਹੈ ਤੇ ਇਹਦਾ ਜਿਹੜੇ ਮੂੰਹੋਂ ਚਾਰ ਦੰਦ ਹੈ ਤੇ ਇਹ ABS ਟ੍ਰਿਗਰ ਸੇਵਨ ਦੀ ਹੈ ਇਹ ਆਪ। ਠੀਕ ਹੈ ਤੇ ਮਗਰ ਇਹਦੇ ਮੇਲ ਕਾਫ ਹੈਗਾ। ਠੀਕ ਹੈ ਇਸ ਟਾਈਮ 40 ਲੀਟਰ ਦੇ ਅਬਾਬੇ ਦਾ ਮਿਲਕ ਰੈਡੀ ਹੈਗਾ। 40 ਲੀਟਰ ਦੁੱਧ ਇਸ ਟਾਈਮ ਤਿਆਰ ਆ। ਹਾਂਜੀ ਆਪਾਂ ਚਵਾ ਕੇ ਦੇ ਸਕਦੇ ਇਹਨਾਂ ਚਵਾ ਕੇ ਦੇ ਸਕਦੇ। ਚਵਾਈ ਦੋ ਟਾਈਮ ਹੀ ਹੁੰਦੀ ਜਾਂ ਤਿੰਨ? ਦੋ ਟਾਈਮ ਜੀ ਦੋ ਟਾਈਮ। ਦੋ ਟਾਈਮ ਦੀ ਚਵਾਈ ਤੇ। ਹਾਂਜੀ ਤੋਰੀ ਬਈ ਇਹਨਾਂ ਦੋਸਤੋ ਚਾਰ ਦੰਦ ਆ ਤੇ ਪਹਿਲਾ ਸੂਆ ਵੈੜ ਹੈ। 40 ਲੀਟਰ ਦੁੱਧ ਤੋਂ ਜ਼ਿਆਦਾ ਇਸ ਟਾਈਮ ਤਿਆਰ ਆ। ABS ਦੇ ਟ੍ਰੈਗਰ ਸੀਮਨ ਦੀ ਇਹ ਵੈੜ ਆ। ਆਰਡਰ ਦੀ ਕੁਆਲਿਟੀ ਤੇ BCS ਜਿਹੜਾ ਬਾਡੀ ਕੰਡੀਸ਼ਨ ਸਕੋਰ ਦੀ ਜੇ ਗੱਲ ਕਰੀਏ ਤਾਂ ਟੌਪ ਦਾ ਦੋਸਤੋ। ਤੁਸੀਂ ਦੇਖੋਗੇ ਬਹੁਤ ਸੋਹਣਾ ਹਵਾਨਾ ਇਹਦਾ ਬਣਿਆ ਹੋਇਆ। ਫਾਰਮ ਦੀ ਵੱਛੀ ਹੈ ਫੁੱਲ ਰਿਕਾਰਡ ਵਾਲੀ। ਇੱਕ ਤਾਂ ਵੀਡੀਓ ਜਦੋਂ ਆਪਾਂ ਬਣਾਉਂਦੇ ਹਾਂ ਤਾਂ ਇਹ ਕਹਿਣਾ ਵੀ ਇਹ 40 ਕਿਲੋ ਦੁੱਧ ਦੇਊਗੀ ਅਤੇ ਇੱਕ ਇੱਕ ਦਿਖਾ ਦੇਣਾ ਵੀ ਅੱਜ ਇਹਦੇ ਥੱਲੇ 40 ਕਿਲੋ ਦੁੱਧ ਤਿਆਰ ਹੈ। ਸੋ ਤੁਹਾਨੂੰ ਇਹ 40 ਕਿਲੋ ਦੁੱਧ ਤਿਆਰ ਵਾਲੀ ਵੈੜ ਜਿਹੜੀ ਉਹ ਦਿਖਾ ਰਹੇ ਹਾਂ। ਇਦੋਂ ਅੱਗੇ ਜਿਹੜੀ ਵੈੜ ਆ ਦੱਸੋ ਉਹਦੇ ਬਾਰੇ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ। ਗੁਰਪ੍ਰੀਤ ਬਾਈ ਇੱਕ ਹੁਣ ਇਹ ਜਿਵੇਂ ਆਪਾਂ ਵੈੜ ਨੂੰ ਵੇਖ ਰਹੇ ਹਾਂ ਇਹਦੇ ਥਣਾਂ 'ਚੋਂ ਦੁੱਧ ਥੋੜ੍ਹਾ ਥੋੜ੍ਹਾ ਟਪਕਣਾ ਸ਼ੁਰੂ ਹੋ ਗਿਆ। ਇਹ ਬਾਈ ਜੀ ਤਾਂ ਇੱਕ ਤਾਂ ਫਿਕਸਡ ਹੋਣ ਦੇ ਕਾਰਨ ਜ਼ਿਆਦਾ ਟਾਈਟ ਆਡਰ ਸਾਰੀਆਂ ਗਾਂਾਂ ਦੇ ਕੰਪੈਕਟ ਆਪਾਂ ਕਹਿ ਦਿੰਦੇ ਹਾਂਗੇ ਜ਼ਿਆਦਾ ਫਿਕਸ ਕਰਕੇ ਜਿਹੜਾ ਦੁੱਧ ਦਾ ਪ੍ਰੈਸ਼ਰ ਬਣ ਜਾਂਦਾ ਕਿਉਂਕਿ 4:45 ਚਵਾਈ ਹੋ ਜਾਂਦੀ ਹੁੰਦੀ ਹੈ ਇੱਕ ਮਸ਼ੀਨ ਚੱਲੀ ਜਾਂਦੀ ਹੈ। ਠੀਕ ਹੈ ਤੇ ਉਧਰ ਇਹਨਾਂ ਨੂੰ ਉਹਦੀ ਜਿਵੇਂ ਭਿਣਕ ਆਵਾਜ਼ ਆਉਂਦੀ ਹੈ ਉਹਦੇ ਕਾਰਨ ਫਿਰ ਦੁੱਧ ਲਾਉਣ ਲੱਗ ਜਾਂਦੀਆਂ ਗਾਈਆਂ ਜਦੋਂ ਮਸ਼ੀਨ ਚੱਲ ਪੈਂਦੀ ਹੈ। ਬਾਕੀ ਵੈਸੇ ਵੀ 40 ਕਿਲੋ ਦੁੱਧ ਆ ਤਾਂ ਨੇਚਰਲੀ ਆ ਪਸ਼ੂ ਦਾ ਜੀ ਕਰੂਗਾ ਵੀ ਦੁੱਧ ਚਵਾਈ ਹੋਵੇ। ਹਾਂਜੀ 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 ਠੀਕ ਹੈ। ਅੱਛਾ ਇਹ ਆਰਡਰ ਦੀ ਜੇ ਆਪਾਂ ਗੱਲ ਕਰਨੀ ਹੋਵੇ ਬਾਈ ਜਿਹੜੇ ਅੱਜ ਸਾਰੀਆਂ ਗਾਵਾਂ ਦੇ ਇਦਾਂ ਦੇ ਮਿਲਣਗੇ ਆਪਾਂ ਨੂੰ ਕੀ ਖਾਸੀਅਤ ਕੀ ਰਹਿੰਦੀ ਹੈ ਫਿਰ ਹੀ ਦੂਜੀ ਗਾਂ ਬਾਰੇ ਗੱਲ ਕਰਾਂਗੇ। ਇਹਦੇ ਜਿਹੜੇ ਆਰਡਰ ਦੀ ਖਾਸੀਅਤ ਇਹੀ ਹੈਗਾ ਵੀ ਇਹਨਾਂ ਨੂੰ ਸਮੱਸਿਆਵਾਂ ਨਹੀਂ ਆਉਂਦੀਆਂ। ਠੀਕ ਹੈ ਜਿਹੜਾ ਮਤਲਬ ਕਿ ਅੱਗੇ ਸੀਗੇ ਲੇਵੇ ਆਰਡਰ ਟੁੱਟਵੇਂ ਹੁੰਦੇ ਸੀਗੇ ਤੇ ਬਰੀਡ ਤੇ ਇੰਨਾ ਕੰਮ ਹੋ ਗਿਆ ਇੰਪਰੂਵਮੈਂਟ ਹੋ ਗਈ ਵੀ ਛੋਟਾ ਥਾਂ ਟੀਟ ਤੇ ਪਰਫੈਕਟ ਛੋਟਾ ਆਰਡਰ ਦਾ ਜਿਹੜੀ ਹੁਣ ਡਿਮਾਂਡ ਆ ਗਈ। ਠੀਕ ਹੈ ਤੇ ਸਾਰੇ ਫਾਰਮਰਾਂ ਨੇ ਇਹਦੇ ਤੇ ਕੰਮ ਕੀਤਾ ਹੈਗਾ। ਮਸਟੇਟਸ ਤੋਂ ਵੀ ਮੇਰੇ ਖਿਆਲ ਚ ਬਚਾ ਰਹਿੰਦਾ ਹੈ। ਮਸਟੇਟਸ ਤੋਂ ਬਚਾ ਰਹਿੰਦਾ ਹੈਗਾ ਬਾਕੀ ਦੇਖ ਲੁੱਕ ਸੋਹਣੀ ਲੱਗਦੀ ਹੈ ਜੀ ਤੇ ਜ਼ਿਆਦਾ ਸੂਏ ਤੱਕ ਆਪਾਂ ਦੁੱਧ ਲੈ ਸਕਦੇ ਹਾਂ ਕਿਉਂਕਿ ਉਹਦਾ ਲੇਵਾ ਲੌਂਕਵਾ ਟੁੱਟਦਾ ਨਹੀਂ ਹੈ। ਠੀਕ ਹੈ ਅੱਛਾ ਜਿਹੜੀ 2 ਨੰਬਰ ਤੇ ਵੈੜ ਆ ਬਾਈ ਚਿੱਟੇ ਰੰਗ ਦੇ ਵਿੱਚ ਕੀ ਡਿਟੇਲ ਆ ਉਹਦੀ? ਉਹ ABS ਦੇ ਪੈਪਰ ਸੀ ਬੰਦੀ ਆ ਉਹ ਵੀ ਫਸਟ ਲੈਕਟੇਸ਼ਨ ਹੈ। ਠੀਕ ਹੈ ਤੇ ਉਹਦਾ ਦੁੱਧ ਤਕਰੀਬਨ ਇਸ ਟਾਈਮ 25 ਤੋਂ 30 ਦੇ ਵਿੱਚ ਹੈਗਾ। 25 ਤੋਂ ਬਾਹਰ ਆ ਤੇ 30 ਤੋਂ ਥੱਲੇ ਆ। ਹਾਂਜੀ ਪਹਿਲਾਂ ਇਹ ਤਕਰੀਬਨ ਹੀ ਸਾਰੀਆਂ 30 ਤੋਂ ਜਿਹੜੀਆਂ ਇਧਰਲੀਆਂ ਛੋਟੀਆਂ ਬੈੜਾਂ ਆ ਤੇ ਥੋੜੀਆਂ ਇਹਦੇ ਨਾਲੋਂ 30 ਤੋਂ ਬਾਹਰ ਸੀਗੀਆਂ। ਠੀਕ ਹੈ ਜਦੋਂ ਆਪਾਂ ਖੁੱਲੀਆਂ ਨੂੰ ਰੱਸਾ ਪਾ ਕੇ ਬੰਨਦੇ ਆ ਨਾ ਥੋੜਾ ਸਟ੍ਰੈਸ ਮੰਨ ਜਾਂਦੀਆਂ। ਠੀਕ ਹੈ ਉਹਦਾ ਕਰਕੇ ਥੋੜਾ ਅੰਦਰ ਆ ਗਈਆਂ। ਠੀਕ ਹੈ ਤੇ ਇਹਦਾ ਵੀ 45 ਲੀਟਰ ਦੁੱਧ ਸੀਗਾ ਤਾਂ ਤੁਹਾਨੂੰ 40 ਦੱਸਿਆ ਗਾ ਇਹ ਵੀ ਬੰਨਣ ਦੇ ਕਾਰਨ ਹੋ ਗਿਆ ਹੈਗਾ ਕਿਉਂਕਿ ਤੁਹਾਨੂੰ ਪਤਾ ਜਿਹੜਾ ਕਾਫ ਤੋਂ ਲੈ ਕੇ ਰੱਸਾ ਨਹੀਂ ਪਿਆ ਹੁੰਦਾ ਉਹ ਜਦੋਂ ਪਾਉਂਦੇ ਆ ਹਾਂ ਤੇ ਉਹ ਸਟ੍ਰੈਸ ਜ਼ਰੂਰ ਮੰਨਦਾ 2-4 ਦਿਨ। ਠੀਕ ਹੈ ਫਿਰ ਉਦੋਂ ਬਾਅਦ ਹੀ ਉਹ ਉਹਨੂੰ
ਰਿਲੈਕਸ ਫੀਲ ਹੋਣ ਲੱਗਦਾ ਹੈਗਾ ਰਸੇ ਨੂੰ ਫਿਰ ਅਡਾਪਟ ਕਰਦਾਗਾ ਫਿਰ ਦੁਬਾਰਾ ਫਿਰ ਪੀਕ ਲੈਵਲ ਤੇ ਚਲਾ ਆਉਣਗੀਆਂ ਆਉਣਗੀਆਂ ਜੀ ਠੀਕ ਹੈ ਜਿਹੜੀ ਦੋ ਨੰਬਰ ਤੇ ਆਪਾਂ ਵੈਟ ਬਾਰੇ ਦੱਸ ਰਹੇ ਸੀਗੇ 25 ਕਿਲੋ ਤੋਂ ਬਾਹਰ ਦੁੱਧ ਹੈ ਕਿੰਨਾ ਚਿਰ ਹੋ ਗਿਆ ਅੱਜ ਸੂਈ ਨੂੰ ਇਹਨੂੰ ਤਕਰੀਬਨ ਅੱਜ 21-22 ਦਿਨ ਹੋ ਗਏ ਜੀ ਠੀਕ ਹੈ ਫੀਮੇਲ ਕਾਫ ਮਗਰ ਹੈਗੀ ਉਹਦਾ ਕੀ ਰਿਕਾਰਡ ਹੈ ਉਹਦਾ ਰਿਕਾਰਡ ਦੇਖ ਕੇ ਦੱਸ ਨੂੰ ਮੇਰੇ ਹਾਂ ਅਰਮਾਡਾ ਦੀ ਹੈ ਜੀ ਅਰਮਾਡਾ ਦੀ ਏਵੀਐਸ ਦਾ ਸੀਮਨ ਹੈ ਠੀਕ ਹੈ ਅਰਮਾਡਾ ਠੀਕ ਹੈ ਖੋਲੀ ਬਈ ਨੂੰ ਦੱਸੋ ਇਹ ਵੀ ਪਲੂਣ ਵੱਛੀ 25 ਕਿਲੋ ਤੋਂ ਬਾਹਰ ਦੁੱਧ 30 ਤੋਂ ਥੱਲੇ ਆ ਜਿਵੇਂ ਵੀਰ ਨੇ ਦੱਸਿਆ ਵੀ ਪਹਿਲਾਂ ਦੁੱਧ ਇਹਨਾਂ ਦਾ ਜ਼ਿਆਦਾ ਸੀ ਕਾਰਨ ਫਾਰਮ ਦੇ ਵਿੱਚੋਂ ਆਈਆਂ ਅਤੇ ਜਦੋਂ ਪਸ਼ੂ ਆਜ਼ਾਦ ਘੁੰਮਦਾ ਦੋਸਤੋ ਅਤੇ ਉਦੋਂ ਬਾਅਦ ਜਦੋਂ ਉਹਨੂੰ ਰੱਸਾ ਪਾਉਂਦੇ ਆ ਤਾਂ ਇੱਕ ਵਾਰ ਉਹਨੂੰ ਇਹ ਲੱਗਦਾ ਵੀ ਇਹ ਚੀਜ਼ ਜਿਹੜੀ ਉਹਨੂੰ ਉਹ ਉਪਰਾਪਣ ਮਹਿਸੂਸ ਹੁੰਦਾ ਆਰਡਰ ਦੀ ਬਣਾਵਟ ਦੋਸਤੋ ਦੇਖਿਓ ਜੇ ਇੱਦਾਂ ਦਾ ਆਰਡਰ ਛੇਤੀ ਮਿਲਦਾ ਨੀਗਾ ਅਤੇ ਜਿਹੜਾ ਹੁਣ ਫਾਰਮਾਂ ਦੇ ਵਿੱਚੋਂ ਹੀ ਦੇਖਣ ਨੂੰ ਮਿਲੂਗਾ ਕਿਉਂਕਿ ਫਾਰਮਾਂ ਦੇ ਵਿੱਚ ਬਰੀਡ ਦੇ ਉੱਤੇ ਕੰਮ ਬਹੁਤ ਹੋਇਆ ਟੌਪ ਦੀ ਬਰੀਡ ਤੁਹਾਨੂੰ ਬਣੀ ਬਣਾਈ ਮਿਲੂਗੀ ਦੋਸਤੋ ਇਸ ਘਰ ਦੇ ਵਿੱਚੋਂ ਚਾਰੇ ਗਾਵਾਂ ਪਸੰਦ ਤੁਹਾਨੂੰ ਆਉਣਗੀਆਂ ਜੇ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਦਿਖਾਵਾਂ ਦੋਸਤੋ ਤਾਂ ਉਹ ਵੀ ਗੁੰਦਿਆ ਪਿਆ ਜਿਹੜਾ ਥਣ ਦਾ ਸਾਈਜ਼ ਹੈ ਬਿਲਕੁਲ ਸਟਰੇਟ ਥੱਲੇ ਨੂੰ ਸਿੱਧਾ ਅਤੇ ਬਹੁਤ ਸੋਹਣਾ ਬਿਲਕੁਲ ਜਿਹੜਾ ਮੈਨੂੰ ਦੋਸਤੋ ਦੇਖਣ 'ਚ ਲੱਗ ਰਿਹਾ ਨਾ ਤਾਂ ਇਹ ਵੱਡਾ ਥਣ ਹੈ ਅਤੇ ਨਾ ਛੋਟਾ ਇਹਦੇ ਤੋਂ ਬਰੀਡ ਜਿਹੜੀ ਉਹ ਮੇਲੇ ਵਾਲੀ ਐਚ ਐਫ ਨਿਕਲਣੀ ਹੈ ਪ੍ਰੋਪਰ ਰਿਕਾਰਡ ਵਾਲੀ ਵੈੜ ਅਤੇ ਮਗਰ ਵੱਛੀ ਜਿਹੜੀ ਉਹ ਅਰਮਾਡਾ ਸੀਮਨ ਦੀ ਚੰਗੇ ਦੁੱਧ ਵਾਲੀ ਵੈੜ ਸੋ ਤੁਸੀਂ ਇਹ ਵੀ ਵੈੜ ਦੇਖੋਗੇ ਤੁਹਾਡੇ ਪਸੰਦ ਆਊਗੀ ਇਦੋਂ ਅੱਗੇ ਇੱਕ ਹੋਰ ਵੈੜ ਦੋਸਤੋ ਤੁਹਾਨੂੰ ਚਿੱਟੇ ਰੰਗ ਦੇ ਵਿੱਚ ਹੀ ਦਿਖਾਉਣੀ ਹੈ ਉਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਂਦੇ ਹਾਂ ਬਾਈ ਗੁਰਪ੍ਰੀਤ ਜਿਹੜੀ 3 ਨੰਬਰ 'ਤੇ ਵੈੜ ਹੈ ਉਹਦੀ ਕੀ ਡਿਟੇਲ ਇਹ ਵੀ ਫਸਟ ਇਲੈਕਟੇਸ਼ਨ ਦੀ ਹੈ ਠੀਕ ਹੈ ਅਤੇ ਇਹ ਵੀ ਪੈਪਰ ਸੀਵਨ ਦੀ ਹੈ ਇਹ ਪੈਪਰ ਦੀ ਹੈ ਹਾਂਜੀ ਇਹਦੇ ਮਗਰ ਵੀ ਫੀਮੇਲ ਕਾਫ ਹੈਗੀ ਠੀਕ ਹੈ ਉਹ ਵੀ ਅਰਮਾਡਾ ਦੀ ਹੈ ਠੀਕ ਹੈ ਪੈਪਰ ਦੀਆਂ ਦੋਨਾਂ ਦੇ ਮਗਰ ਹੀ ਫੀਮੇਲ ਕਾਫ ਹੈ ਠੀਕ ਹੈ ਅੱਛਾ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹ ਵੀ ਸਮਥਿੰਗ ਇਹਦੇ ਬਰਾਬਰ ਜੀ ਸੂਈ ਹੋਈ ਹੈ ਜੀ ਠੀਕ ਹੈ ਦੁੱਧ ਹੁਣ ਇਹਦੇ ਥੱਲੇ ਕਿੰਨਾ ਇਹਦੇ ਥੱਲੇ ਦੁੱਧ ਹੁਣ ਹੈਗਾ ਬਾਈ ਜੀ ਜੀ ਤਾਂ 30 ਲੀਟਰ ਦੇ ਨੇੜੇ ਤੇੜਾ ਹੈਗਾ 30 ਦੇ ਨੇੜੇ ਤੇੜਾ ਹਾਂਜੀ ਮਤਲਬ 28-29 ਬਿਲਕੁਲ ਜੀ ਹੋਊਗਾ ਬਾਕੀ ਦੇਖੋ ਇਹਦੇ ਵਿੱਚ ਦੁੱਧ ਦਾ ਤਾਂ ਕੁਛ ਨਹੀਂ ਚੋ ਕੇ ਸਾਹਮਣੇ ਆ ਜਾਣਾ ਜੀ ਕਿਹੜਾ ਆਪਾਂ ਕਾਵਿੰਗ ਤੋਂ ਬਾਅਦ ਦੱਸਿਆ ਹੈਗਾ ਵੀ ਇੰਨਾ ਦੁੱਧ ਦੇਊਗੀ ਹਾਂ ਇਹਦਾ ਆਪਾਂ ਚਵਾਈ ਦੇ ਵਿੱਚ ਹੀ ਆ ਜਾਣਾ ਗਾ ਜਿਹਨੇ ਪੈਸੇ ਲਾਉਣੇ ਆਪਦੀ ਤਸੱਲੀ ਕਰੇ ਬਿਲਕੁਲ ਜੀ ਠੀਕ ਹੈ ਖੋਲੀ ਵੀਰ ਨੂੰ ਵੀ ਦੱਸੋ ਇਹ ਵੀ ਪਲੂਣ ਵੱਛੀ ਪਹਿਲਾ ਸੂਆ ਇਹਦੇ ਮਗਰ ਵੀ ਫੀਮੇਲ ਕਾਫ ਇਹ ਪਲੱਸ ਪੁਆਇੰਟ ਹੈ ਕਿਉਂਕਿ ਜੰਮਦੀ ਵੱਛੀ ਜੇ ਦੋਸਤੋ ਇੱਦਾਂ 30 ਕਿਲੋ ਵਾਲੀ ਦੀ ਹੋਵੇ ਤਾਂ ਮੇਰੇ ਹਿਸਾਬ 'ਚ 10-15 ਹਜ਼ਾਰ ਦੀ ਤਾਂ ਬੱਚਾ ਜਿਹੜਾ ਉਹ ਜੰਮਦਾ ਹੀ ਬਹੁਤੇ ਫਾਰਮ ਵਾਲੇ ਵੀਰ ਰੱਖ ਲੈਂਦੇ ਆ ਸੋ ਉਹਦੀ ਕੀਮਤ ਨਾਲ ਜ਼ਰੂਰ ਐਡ ਕਰ ਲਿਆ ਕਰੋ ਕਿਉਂਕਿ 2 ਨਗ ਜਾਂਦੇ ਆ ਆਰਡਰ ਇਹਦਾ ਵੀ ਦੋਸਤੋ ਦੇਖਿਓ ਜਿਹਦਾ ਆਪਦਾ ਬੋਡੀ ਵੇਟ ਉੱਤੋਂ ਭਾਵੇਂ ਹੋ ਸਕਦਾ ਵੀ ਆਰਡਰ ਨਾਲੋਂ ਥੋੜ੍ਹਾ ਬਹੁਤਾ ਤੁਹਾਨੂੰ ਘੱਟ ਲੱਗੇ ਕਿਉਂਕਿ ਬਣਾਵਟੀ ਹਵਾਨੇ ਦੀ ਇਹਦੀ ਵੀ ਜ਼ਬਰਦਸਤ ਅਤੇ ਬਹੁਤ ਸੋਹਣਾ ਹਵਾਨਾ ਤਿਆਰ ਹੈ ਦੁੱਧ 30 ਕਿਲੋ ਦੇ ਨੀਅਰ ਅਬਾਊਟ ਜਿਹੜਾ ਦੋਸਤੋ 28-29 ਕਿਲੋ 30 ਕਿਲੋ ਤੱਕ ਹੈਗਾ ਤੁਸੀਂ ਚੋ ਕੇ ਦੇਖ ਸਕਦੇ ਹੋ ਤਸੱਲੀ ਕਰ ਲਿਓ ਵੱਡੇ ਹਵਾਨੇ ਅਤੇ ਨਾਲ ਜਿਹੜੇ ਅਜੇ ਗੱਲ ਕਰੀਏ ਦੋਸਤੋ ਫਿਕਸ ਆਰਡਰ ਹੈ ਟੁੱਟਵੇਂ ਆਰਡਰ ਇਹ ਕਿੰਨੇ ਸੂਏ ਚੋਲੋਂਗੇ ਨਹੀਂ ਹੋਣਗੇ ਇਹਦੇ ਵੀ ਥਣਾਂ ਦੇ ਵਿੱਚ ਬਿੱਥੀ ਦੇਖਿਓ ਅਤੇ ਥਣ ਦਾ ਸਾਈਜ਼ ਦੇਖਿਓ ਦੋਸਤੋ ਇਹ ਵੀ ਬਹੁਤ ਪਸੰਦ ਆਉਣ ਵਾਲੀ ਚੀਜ਼ 3 ਨੰਬਰ 'ਤੇ ਵੈੜ ਤੁਹਾਨੂੰ ਦਿਖਾ ਰਹੇ ਹਾਂ 3 ਹੀਰੇ ਦਿਖਾ ਤੇ 4 ਨੰਬਰ 'ਤੇ ਜਿਹੜੀ ਇਹਨਾਂ ਤੋਂ ਵੱਖਰੇ ਰੰਗ ਦੇ ਵਿੱਚ ਵੈੜ ਆ ਉਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਂਦੇ ਹਾਂ ਲਾਸਟ 'ਤੇ ਬਾਈ ਜਿਹੜੀ 4 ਨੰਬਰ 'ਤੇ ਵੈੜ ਆ ਹਾਂਜੀ ਉਹ ਬਾਈ ਜੀ ਤੋਂ ਫਸਟ ਇਲੈਕਟੇਸ਼ਨ ਹੀ ਉਹ ਹੈਗੀ ਠੀਕ ਹੈ ਉਹ ਸੈਗ ਦੇ 50-053 ਦੀ ਹੈ ਠੀਕ ਹੈ ਅਤੇ ਉਹਦੇ ਮਗਰ ਹੈਗਾ ਮੇਲ ਕਾਫ ਹੈਗਾ ਉਹਦੇ ਮਗਰ ਮੇਲ ਕਾਫ ਹੈ ਹਾਂਜੀ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਬਾਈ ਉਹਨੂੰ ਸੂਈ ਨੂੰ 16-17 ਕੁ ਦਿਨ ਹੋ ਗਏ ਜੀ ਠੀਕ ਹੈ ਦੁੱਧ ਹੁਣ ਕੰਡੇ ਤੋਲਣ ਵਾਲਾ ਉਹਦਾ ਤਕਰੀਬਨ ਹੈਗਾ ਗਾ 24-25 ਦੇ ਵਿੱਚ ਵਿੱਚ ਜੀ 24-25 ਹਾਂਜੀ ਪਹਿਲਾਂ 27-28 ਸੀਗਾ ਇਹ ਵੀ ਸਟ੍ਰੈਸ ਮੰਨਿਆ ਤੁਹਾਨੂੰ ਦੱਸਿਆ ਵੀ 4-4-5-5 ਲੀਟਰ ਪਿੱਛੇ ਹਟ ਗਈਆਂ ਠੀਕ ਹੈ ਯਾਨੀ ਇੱਥੇ ਫਿਰ ਲਗਭਗ ਚਲੀਆਂ ਜਾਣਗੀਆਂ ਕਵਰ ਹੋਣ ਲੱਗ ਗਈਆਂ ਕਿਉਂਕਿ ਪਹਿਲਾਂ ਅਨਟੇਕ ਨਹੀਂ ਕਰਦੇ ਤੁਹਾਨੂੰ ਪਤਾ ਐਨੀਮਲ ਖੁੱਲੇ ਛੱਡੇ ਵੀ ਉਹੀ ਗੱਲ ਵਾਰ ਵਾਰ ਆਉਂਦੀ ਹੈਗੀ ਤੇ ਰੱਸੇ ਦਾ ਸਟ੍ਰੈਸ ਮੰਨਦੇ ਆ ਜਿਹੜਾ ਦੁੱਧ ਵਾਲਾ ਐਨੀਮਲ ਉਹ ਤਾਂ ਸਟ੍ਰੈਸ ਜ਼ਿਆਦਾ ਹੀ ਮੰਨਦਾ ਕਿਉਂਕਿ ਇੱਕ ਦਿਨ ਜੇ ਫੀਡ ਨਾ ਖਾਧੀ ਤਾਂ ਕਿ ਨਾ ਵੈਕ ਵੱਜਦਾ ਫਿਰ ਦੁਬਾਰਾ ਇੰਪਰੂਵ ਕਰਨਾ ਬੜਾ ਔਖਾ ਹੁੰਦਾ ਇੱਕ ਗਰਮੀ ਹੈਗੀ ਸਹੀ ਹੈ ਬਾਈ ਹਾਂਜੀ ਹਾਂਜੀ ਖੋਲੀ ਵੀਰੇ ਉਹਨੂੰ ਵੀ ਦੋਸਤੋ 4 ਨੰਬਰ 'ਤੇ ਵੈੜ ਤੁਹਾਨੂੰ ਦਿਖਾਉਣੀ ਆ ਸੂਆ ਉਹਦਾ ਵੀ ਪਹਿਲਾਂ 25 ਕਿਲੋ ਦੇ ਆਸ ਪਾਸ ਦੁੱਧ ਤਿਆਰ ਹੈ ਬੱਚਾ ਇਹਦੇ ਨਾਲ ਮੇਲ ਕਾਫ ਆ 3 ਗਾਵਾਂ ਪਹਿਲਾਂ ਦਿਖਾਤੀਆਂ 4 ਨੰਬਰ 'ਤੇ ਤੁਹਾਨੂੰ ਵੈੜ ਦਿਖਾਉਣੇ ਆ ਸੋ ਦੱਸੋ ਵੈੜ ਇਹਦਾ ਵੀ ਆਰਡਰ ਕੁਆਲਿਟੀ ਤਾਂ ਫਿਕਸ ਹੀ ਰਹਿਣੀ ਹੈ ਕਿਉਂਕਿ ਜਿਹਨੇ ਦੋਸਤੋ ਨਸਲ 'ਤੇ ਕੰਮ ਕੀਤਾ ਅਤੇ ਉਹ ਖਰੀਦੂਗਾ ਵੀ ਨਸਲ ਹੀ ਕਿਉਂਕਿ ਜੇ ਘਰੇ ਕਿਸੇ ਬੰਦੇ ਨੇ ਆਪਦੀ ਬਰੀਡ ਉੱਤੇ ਕੰਮ ਕਰ ਲਿਆ ਤਾਂ ਉਹਦਾ ਸ਼ੌਂਕ ਵੀ ਉੱਦਾਂ ਦੇ ਬਣ ਜਾਂਦੇ ਆ ਫਿਰ ਉਹ ਮਾੜੀ ਚੀਜ਼ ਖਰੀਦਣੀ ਉਹਨੂੰ ਚੰਗੀ ਨਹੀਂ ਲੱਗਦੀ ਸੋ ਇਹ ਵੀ ਵੈੜ ਤੁਸੀਂ ਦੇਖੋਗੇ ਇਹਦੀ ਵੀ ਆਰਡਰ ਦੀ ਬਣਾਵਟ ਬੜੀ ਜ਼ਬਰਦਸਤ ਆ ਬਿਲਕੁਲ ਉੱਪਰੋਂ ਹਵਾਨਾ ਸ਼ੁਰੂ ਹੁੰਦਾ ਅਤੇ ਜਿਹੜੀ ਮੈਨੂੰ ਅੱਜ ਖਾਸ ਗੱਲ ਇਹਨਾਂ ਗਾਵਾਂ ਦੇ ਵਿੱਚ ਲੱਗੀ ਉਹ ਇਹ ਹੈ ਦੋਸਤੋ ਵੀ ਇਹਨਾਂ ਦਾ ਦੁੱਧ
ਤਿਆਰ ਦੁੱਧ ਤੁਹਾਨੂੰ ਦੱਸਿਆ ਗਿਆ ਗੱਭਣ ਗਾਵਾਂ ਦੇ ਵੱਡੇ ਹਵਾਨਿਆਂ ਦੇ ਵਿੱਚ ਓਹਲੇ ਹੁੰਦੇ ਆ ਉਹ ਤੁਹਾਡੇ ਦੁੱਧ ਤਿਆਰ ਕਰਨ 'ਤੇ ਡਿਪੈਂਡ ਕਰਦਾ ਵੀ ਤੁਸੀਂ ਸੇਵਾ ਦੇ ਨਾਲ ਕਿੰਨਾ ਤਿਆਰ ਕਰ ਲੈਂਦੇ ਹੋ ਪਰ ਹੁਣ ਜਿਹੜੀਆਂ ਤੁਸੀਂ ਇਹ ਗਾਵਾਂ ਦੇਖ ਰਹੇ ਹੋ ਚਾਰ ਇਹਨਾਂ ਦਾ ਤਿਆਰ ਦੁੱਧ ਆ ਅਤੇ ਇਸ ਦੁੱਧ ਨੂੰ ਤੁਸੀਂ ਮੇਨਟੇਨ ਕਰਨਾ ਆਪਦੀ ਸੇਵਾ ਦੇ ਨਾਲ ਅਤੇ ਉਹਦੇ 'ਚ ਵੀ ਤੁਹਾਨੂੰ ਇਹਨਾਂ ਵੱਲੋਂ ਇੰਨੀ ਕੁ ਸਪੋਰਟ ਮੈਨੂੰ ਪੱਕਾ ਉਮੀਦ ਆ ਮਿਲੂਗੀ ਕਿਉਂਕਿ ਬਾਈ ਜੀ ਹੋਰੀ ਖੁਦ ਇਹਨਾਂ ਨੇ ਮਿਹਨਤ ਕੀਤੀ ਆ ਗਰਾਊਂਡ ਦੇ ਉੱਤੇ ਤਾਂ ਤੁਹਾਨੂੰ ਸੁਜੈਸ਼ਨ ਵੀ ਜ਼ਰੂਰ ਦੇਣਗੇ ਜਿੱਥੇ ਤੁਹਾਨੂੰ ਲੋੜ ਪਊਗੀ ਇਹਨਾਂ ਦੀ ਹੈਲਪ ਦੀ ਇਹਨਾਂ ਦੇ ਤਜਰਬੇ ਦੀ ਤਾਂ ਉਹ ਵੀ ਤੁਸੀਂ ਵਰਤ ਸਕੋਗੇ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਚਾਰ ਗਾਵਾਂ ਦਿਖਾਈਆਂ ਜਿਹੜੀ ਚੰਗੀ ਲੱਗੇ ਆਪਦੀ ਤਸੱਲੀ ਕਰਕੇ ਖਰੀਦੋ ਨੰਬਰ ਬਾਈ ਜੀ ਹੋਰਾਂ ਦੇ ਸਕਰੀਨ ਉੱਤੇ ਚੱਲ ਰਹੇ ਆ ਪਸ਼ੂ ਰੂਟੀਨ 'ਚ ਆਉਣੇ ਆ ਐਚ ਐਫ ਅਤੇ ਨਾਲ ਜਰਸੀ ਵੀ ਇੱਥੇ ਆਉਂਦੀ ਰਹੂਗੀ ਧੰਨਵਾਦ ਗੁਰਪ੍ਰੀਤ ਬਾਈ ਰੇਟ ਆਪਾਂ ਇਹਨਾਂ ਦੇ ਜੇ ਗੱਲ ਕਰਨੀ ਹੋਵੇ ਚਾਰਾਂ ਗਾਵਾਂ ਦੇ ਹਾਂ ਬਾਈ ਜਗਜੀਤ ਰੇਟ ਇਹਨਾਂ ਦਾ ਜੇ ਕੋਈ ਚਾਰੇ ਗਾਈਆਂ ਇਕੱਠੀਆਂ ਖਰੀਦਦਾ ਗਾ ਤਾਂ ਆਪਾਂ ਇਹ 84,000 ਰੁਪਏ ਰੇਟ ਦੇ ਹਿਸਾਬ ਨਾਲ ਦੇਵਾਂਗੇ ਇੱਕ ਗਾਂ 85,000 ਦੀ ਤੇ ਚਾਰੇ ਇਕੱਠੀਆਂ ਲੈ ਚਾਰੇ ਇਕੱਠੀਆਂ ਲੈਂਦਾ ਠੀਕ ਹੈ ਤੇ ਜੇ ਕਿਸੇ ਨੇ ਇਕੱਲੀ ਇਕੱਲੀ ਲੈਣੀ ਹੈ ਤਾਂ ਉਹਦਾ ਰੇਟ ਆਪਾਂ ਕਿੰਨਾ ਉਹਦਾ ਰੇਟ ਫਿਰ ਅਲੱਗ ਹੋਊਗਾ ਜੀ ਠੀਕ ਹੈ ਉਹ ਜਿਹੜੀ ਪਸੰਦ ਆਉਂਦੀ ਉਹਦਾ ਰੇਟ ਪੁੱਛ ਲਓ ਉਸ ਹਿਸਾਬ ਨਾਲ ਆਪਾਂ ਫੋਨ ਤੇ ਗੱਲ ਕਰਾਂਗੇ ਠੀਕ ਹੈ ਤੇ ਜੇ ਇਕੱਠੀਆਂ ਕਿਸੇ ਨੇ ਸੌਦਾ ਕਰਨਾ ਆਪਾਂ ਫਿਕਸ ਰੇਟ ਹੈਗਾ 85,000 ਰੁਪਏ ਨਾਲ ਦੇਵਾਂਗੇ ਪਰ ਨਗ ਦੇ ਹਿਸਾਬ ਹਾਂਜੀ ਠੀਕ ਹੈ ਦੋਸਤੋ 85,000 ਇੱਕ ਗਾਂ ਦਾ ਰੇਟ ਤੇ ਉਹਨੂੰ ਗੁਣਾ 4 ਨਾਲ ਕਰ ਲਓ ਜੇ ਚਾਰੇ ਇਕੱਠੀਆਂ ਲੈਣੀਆਂ ਤੇ ਜੇ ਇਹਨਾਂ 'ਚੋਂ ਤੁਹਾਨੂੰ ਇੱਕ ਪਸੰਦ ਆਉਂਦੀ ਹੈ ਤੇ ਜਿਹੜੀ ਪਸੰਦ ਆਉਂਦੀ ਹੈ ਉਹਦਾ ਹੀ ਰੇਟ ਤੁਸੀਂ ਬਾਈ ਜੀ ਹੋਰਾਂ ਤੋਂ ਫੋਨ ਤੇ ਕਰਵਾ ਲਿਓ ਇਕੱਠੀਆਂ ਖਰੀਦਣੀਆਂ ਚਾਹੋ ਤਾਂ 85,000 ਇੱਕ ਨਗ ਦਾ ਰੇਟ ਵੀਰ ਨੇ ਕੀਤਾ ਬਹੁਤ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਰੇਟ ਵੀ ਇਹਨਾਂ ਗਾਵਾਂ ਦੇ ਕਰਵਾਤੇ ਆ ਸੋ ਆਪਦੀ ਤਸੱਲੀ ਕਰਕੇ ਖਰੀਦ ਲਿਓ ਸੂਈਆਂ ਸਵਾਈਆਂ ਗਾਵਾਂ ਦੁੱਧ ਇਹਨਾਂ ਦਾ ਤੁਸੀਂ ਚੋ ਕੇ ਦੇਖ ਸਕਦੇ ਹੋ ਮਿਹਰਬਾਨੀ